ਭਾਵੇਂ ਜਿੱਥੇ ਬੀਜੇਪੀ ਦੇ ਸਰਕਾਰਾਂ ਵੀ ਨੇ ਮੱਧ ਪ੍ਰਦੇਸ਼ ਤੇ ਗੁਜਰਾਤ ਉਹਨਾਂ ਦੇ ਵਿੱਚ ਵੀ ਬੰਦ ਦਾ ਅਸਰ ਬਹੁਤ ਅੱਛਾ ਦੇਖਣ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਨੇ ਦੌਰਾ ਕੀਤਾ ਇਲੈਕਸ਼ਨ ਤੋਂ ਪਹਿਲਾਂ ਇਹ ਸੁਨੇਹਾ ਦੇਣ ਦੇ ਲਈ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਬੀਜੇਪੀ ਨੂੰ ਹਰਾਉਣਾ ਹੈ। ਬੀਜੇਪੀ ਦੇ ਬੜੀਆਂ ਥਾਵਾਂ ਤੇ ਬੂਥ ਕਰ ਲਈ ਰਹੇ ਉਹ ਬੀਜੇਪੀ ਜਿਹੜੀ ਅੰਦਾਜ਼ਾ ਲਾ ਰਹੀ ਸੀ ਕਿ ਸ਼ਾਇਦ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਉਣ 'ਚ ਸਫਲ ਹੋ ਜਾਣਗੇ, ਕਿਉਂਕਿ ਪਾਰਲੀਮੈਂਟ ਦੇ ਵਿੱਚ 19 ਪਾਰਲੀਮੈਂਟ ਸੀਟਾਂ ਇਹਨਾਂ ਨੇ ਪਿੱਛੇ ਜਿੱਤ ਲਈਆਂ ਸਨ। ਉਹ ਰਿਜ਼ਲਟ ਦਾ ਅੰਦਾਜ਼ਾ ਜਿਹੜਾ 2 ਮਈ ਆਉਣਾ ਆਪਣੇ ਆਪ ਹੀ ਲਾਇਆ ਜਾ ਸਕਦਾ ਹੈ। ਇਹ ਬੀਜੇਪੀ ਨੂੰ ਵੀ ਕੰਧਾਂ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਸਾਡੀ ਖੇਤੀਬਾੜੀ ਯੂਨੀਵਰਸਿਟੀ, ਸਾਡੀ ਜਿਹੜੀ ਜੀਰੀ ਸੀ ਪਿੱਛੇ ਉਹਦੀ 1888 ਰੁਪਏ ਲਾਗਤ ਕੀਮਤ ਜਿਹੜੀ ਸਰਕਾਰ ਨੇ ਜੋ ਪ੍ਰਾਈਸ ਤੈਅ ਕੀਤੀ, ਪਰ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਜਿਹੜੀ ਲਾਗਤ ਕੀਮਤ ਹੈ ਪਰ ਕੁਇੰਟਲ ਝੋਨਾ ਹੋਵੇ ਕਣਕ ਹੋਵੇ ਉਹ 2500 ਰੁਪਏ ਕੁਇੰਟਲ ਹੈ। ਜੇ ਪਹਿਲਾਂ ਹੀ ਕਿਸਾਨ ਨੂੰ 500-600 ਰੁਪਏ ਕੁਇੰਟਲ ਉਸਦੀ ਲਾਗਤ ਕੀਮਤ ਤੋਂ ਵੀ ਥੱਲੇ ਦੇਣਾ ਹੈ ਤਾਂ ਕਿਸਾਨ ਨੇ ਤਾਂ ਮਰ ਜਾਣਾ ਹੈ। ਇਹ ਤਾਂ ਪੰਜਾਬ ਦੇ ਵਿੱਚ ਹੈ ਜਿੱਥੇ MSP ਹੈ ਜਾਂ ਸਰਕਾਰੀ ਖਰੀਦ ਹੈ। ਜਿੱਥੇ MSP ਦਾ ਸਰਕਾਰੀ ਖਰੀਦ ਨਹੀਂ, ਬਿਹਾਰ ਦੀਆਂ ਉਦਾਹਰਣਾਂ ਸਾਡੇ ਬੁਲਾਰੇ ਨੇ ਬੜੀ ਵਾਰ ਤੁਹਾਨੂੰ ਦਿੱਤੀਆਂ ਬੋਲਦੇ ਹੋਏ। ਇੱਕ ਬਿਹਾਰ ਨਹੀਂ, ਦੇਸ਼ ਦੇ ਸਾਰੇ ਸੂਬੇ ਜਿੱਥੇ ਨਾ ਸਰਕਾਰੀ ਮੰਡੀ ਹੈ, ਨਾ MSP ਹੈ, ਨਾ ਸਰਕਾਰੀ ਖਰੀਦ ਹੈ, ਉਹਨਾਂ ਕਿਸਾਨਾਂ ਨੂੰ, ਗਰੀਬ ਲੋਕਾਂ ਨੂੰ ਅੱਜ ਤੱਕ ਕਿੰਨਾ ਘਾਟਾ ਪੈ ਗਿਆ ਹੋਣਾ ਇਹ ਅੰਦਾਜ਼ੇ ਤੋਂ ਬਾਹਰ ਹੈ। ਅੰਗਰੇਜ਼ੀ ਦਾ ਇੱਕ ਮੈਗਜ਼ੀਨ ਹੈ ਫਰੰਟ ਲਾਈਨ, ਮੈਂ ਕੱਲ੍ਹ ਉਹਨੂੰ ਪੜ੍ਹ ਰਿਹਾ ਸੀ। ਉਹਨਾਂ ਹੈਡਿੰਗ ਲਿਖਿਆ ਨੈਗੇਟਿਵ ਸਪੋਰਟ ਟੂ ਫਾਰਮਰ। ਨੈਗੇਟਿਵ ਸਪੋਰਟ ਦਾ ਮਾਇਨਾ ਇਹ ਹੈ ਕਿ MSP ਤੋਂ ਘੱਟ ਜਿੰਨੀ ਉਹਨਾਂ ਦੀ ਫਸਲ ਖਰੀਦੀ ਗਈ ਪਿਛਲੇ ਬਹੁਤ ਸਾਲਾਂ ਦੇ ਵਿੱਚ 400 ਰੁਪਏ ਕੁਇੰਟਲ, 500 ਰੁਪਏ ਕੁਇੰਟਲ, MSP ਤੋਂ ਘੱਟ ਕਿੰਨੇ ਕਰੋੜ ਰੁਪਏ ਉਹਨਾਂ ਕਿਸਾਨਾਂ ਨੂੰ ਘਾਟਾ ਪਿਆ ਹੋਣਾ ਔਰ ਪੈਂਦਾ ਜਾ ਰਿਹਾ, ਇਸ ਦੀ ਭਰਪਾਈ ਕੌਣ ਕਰੇਗਾ? ਇਸ ਲਈ ਪਿਆਰੇ ਸਾਥੀਓ, ਇਹ ਲੜਾਈ ਬਹੁਤ ਹੱਕੀ ਹੈ। ਸਭ ਤੋਂ ਪ੍ਰਮੁੱਖ ਜਿਹੜਾ ਮੁੱਦਾ ਹੈ ਉਹ MSP ਦੇ ਸਰਕਾਰੀ ਖਰੀਦ ਹੈ, ਕਿਉਂਕਿ ਸਰਕਾਰ ਹੈ ਜਿਹੜੀ ਉਹਨਾਂ ਆਦੇਸ਼ਾਂ ਨੂੰ ਲਾਗੂ ਕਰਦੀ ਹੋਈ ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਹੈ। ਵਿਸ਼ਵ ਵਪਾਰ ਜਥੇਬੰਦੀ ਜਿਹੜੀ ਸਾਮਰਾਜੀ ਦੇਸ਼ਾਂ ਦੇ ਗਲਬੇ ਵਾਲੀ ਜਥੇਬੰਦੀ ਹੈ, ਜਿਹਨਾਂ 1995 ਦੇ ਵਿੱਚ ਇਹ ਆਪਣੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਜਿਹੜੇ ਦੇਸ਼ ਉਹਦੇ ਮੈਂਬਰ ਨੇ ਉਹ ਅੱਜ ਲਾਗੂ ਕਰੋ ਭਾਵੇਂ ਕੱਲ੍ਹ ਲਾਗੂ ਕਰੋ, ਤੁਹਾਨੂੰ ਸਾਰੀਆਂ ਸਬਸਿਡੀਆਂ ਜੋ ਖੇਤੀਬਾੜੀ ਦੇ ਉੱਪਰ ਉਪਲਬਧ ਨੇ ਉਹ ਸਾਰੀਆਂ ਖਤਮ ਕਰੋ। ਨੰਬਰ 2 ਜੋ ਸਰਕਾਰੀ ਸਮਰਥਨ ਮੁੱਲ ਹੈ ਉਹਨੂੰ ਖਤਮ ਕਰੋ। ਨੰਬਰ 3 ਸਰਕਾਰੀ ਖਰੀਦ ਖਤਮ ਕਰੋ ਤਾਂ ਕਿ ਸੰਸਾਰ ਔਰ ਦੇਸ਼ ਇੱਕ ਖੁੱਲ੍ਹੀ ਮੰਡੀ ਬਣੇ ਔਰ ਕਿਸਾਨ ਖੁੱਲ੍ਹੀ ਮੰਡੀ ਦੇ ਵਿੱਚ ਹੀ ਮੁਕਾਬਲਾ ਕਰਨ। ਤੁਸੀਂ ਇਸ ਗੱਲ ਦਾ ਗਿਆਨ ਆਪਾਂ ਨੂੰ ਹੋਇਆ, ਇਸ ਗੱਲ ਦਾ ਅੰਦਾਜ਼ਾ ਵੀ ਲਾਓ ਕਿ ਸਾਡੇ ਵਰਗੇ ਗਰੀਬ ਦੇਸ਼ ਜਿਹੜੇ ਸੰਸਾਰ ਦੇ ਦੇਸ਼ਾਂ 'ਚ ਪਤਾ ਨਹੀਂ ਕਿੰਨੇ ਨੰਬਰ ਦੇ ਉੱਪਰ ਨੇ, ਇਹਨਾਂ ਦੀ ਖੇਤੀਬਾੜੀ ਵੀ, ਸਾਡਾ ਆਮ ਵਿਕਾਸ ਵੀ, ਕਾਰਖਾਨੇ ਵੀ ਬਹੁਤ ਉਹਨਾਂ ਦੇਸ਼ਾਂ ਤੋਂ ਪਿੱਛੇ ਨੇ। ਉਹਨਾਂ ਦੀ ਖੇਤੀਬਾੜੀ ਵੀ ਬਹੁਤ ਪ੍ਰਫੁੱਲਤ ਹੈ, ਉੱਥੇ ਮਸ਼ੀਨੀਕਰਨ ਵੀ ਬਹੁਤ ਹੈ। ਜੇ ਉਹਨਾਂ ਕਿਸਾਨਾਂ ਨਾਲ ਸਾਡਾ ਮੁਕਾਬਲਾ ਕਰੋ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੋ ਸਰਕਾਰ ਕਰਵਾਉਣਾ ਚਾਹੁੰਦੀ ਹੈ। ਪ੍ਰਾਈਵੇਟ ਸੈਕਟਰ ਜਿਹੜਾ ਕਹਿੰਦਾ ਹੈ ਕਿ ਕਿਸਾਨ ਅਮੀਰ ਦੇਸ਼ਾਂ ਦੇ ਕਿਸਾਨਾਂ ਨਾਲ ਵੀ ਮੁਕਾਬਲਾ ਕਰੇ, ਇਹ ਸੰਭਵ ਨਹੀਂ। ਪਰ ਫਿਰ ਵੀ ਜਿਹੜੇ ਅਮੀਰ ਦੇਸ਼ਾਂ ਦੇ ਕਿਸਾਨ ਨੇ ਉਹ ਵਿਸ਼ਵ ਵਪਾਰ ਜਥੇਬੰਦੀ ਉਹਨਾਂ ਨੂੰ ਭਾਰੀ ਸਬਸਿਡੀਆਂ ਦੇ ਰਹੀ ਹੈ। 3 ਬਾਕਸ ਬਣਾ ਕੇ ਰੱਖੇ ਹੋਏ ਨੇ, ਗ੍ਰੀਨ ਬਾਕਸ, ਇੱਕ ਯੈਲੋ ਬਾਕਸ, ਇੱਕ ਦੂਜਾ ਬਾਕਸ ਹੈ। ਸਾਡੇ ਜਿਹੜੇ ਕੰਟਰੀ ਨੇ ਉਹ ਯੈਲੋ ਬਾਕਸ ਦੇ ਵਿੱਚ ਨੇ। ਉਹਦਾ ਮਾਇਨਾ ਇਹ ਹੈ ਕਿ ਸਾਨੂੰ ਸਬਸਿਡੀਆਂ ਮਿਲਣਗੀਆਂ ਨਹੀਂ। ਜਿਹੜੇ ਅਮੀਰ ਦੇਸ਼ ਨੇ ਉਹ ਗ੍ਰੀਨ ਬਾਕਸ ਦੇ ਵਿੱਚ ਨੇ, ਉੱਥੇ ਭਾਰੀ ਸਬਸਿਡੀਆਂ ਨੇ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਸਾਰੇ ਯੂਰਪ ਦੇ ਵਿੱਚ ਜੇ ਬਹੁਤ ਵੱਡਾ ਘਾਟਾ ਵੀ ਖੇਤੀਬਾੜੀ ਨੂੰ ਪੈ ਜਾਏ, ਉਹ ਫਸਲਾਂ ਨਾ ਵੀ ਬੀਜਣ, ਖੜੀਆਂ ਫਸਲਾਂ ਵੀ ਵਾਹ ਦੇਣ, ਤਾਂ ਜਿੰਨੀ ਜਿਣਸ ਪੈਦਾ ਹੁੰਦੀ ਹੈ ਔਰ ਮੰਡੀ 'ਚ ਵੇਚ ਕੇ ਉਹਦੇ ਪੈਸੇ ਬਣਦੇ ਨੇ, ਉਸ ਤੋਂ ਕਿਤੇ ਜ਼ਿਆਦਾ ਪਰ ਕੁਇੰਟਲ ਸਬਸਿਡੀ ਉਹਨਾਂ ਕਿਸਾਨਾਂ ਨੂੰ ਮਿਲਦੀ ਹੈ। ਇਹ ਵਿਸ਼ਵ ਵਪਾਰ ਜਥੇਬੰਦੀ ਨੇ ਤੈਅ ਕੀਤਾ। ਸੋ ਮੇਰੀ ਕਹਿਣ ਤੋਂ ਮੁਰਾਦ ਹੈ ਕਿ ਅਮੀਰ ਦੇਸ਼ਾਂ ਦੇ ਗਲਬੇ ਵਾਲੀ ਜਥੇਬੰਦੀ ਹੈ, ਉਹ ਕਾਨੂੰਨ ਵੀ ਐਸੇ ਪਾਸ ਕੀਤੇ ਨੇ ਜਿਹੜੇ ਅਮੀਰ ਦੇਸ਼ਾਂ ਤੋਂ ਰਹਿਤਾ ਦਿੰਦੇ ਨੇ ਕਿਸਾਨਾਂ ਨੂੰ, ਪਰ ਗਰੀਬ ਦੇਸ਼ਾਂ ਦੇ ਕਿਸਾਨਾਂ ਦੇ ਖਿਲਾਫ ਨੇ। ਸਾਡੀ ਸਬਸਿਡੀ ਜਿਹੜੀ ਥੋੜ੍ਹੀ ਬਹੁਤ ਵੀ ਤੁਹਾਨੂੰ ਮਿਲਦੀ ਹੈ, ਭਾਵੇਂ ਉਹ ਬਿਜਲੀ 'ਤੇ ਮਿਲਦੀ ਹੋਵੇ, ਕੀੜੇ ਮਾਰ ਦਵਾਈਆਂ 'ਤੇ ਮਿਲਦੀ ਹੋਵੇ, ਖਾਦਾਂ 'ਤੇ ਮਿਲਦੀ ਹੋਵੇ, ਉਹ ਸਾਰੀ ਕਹਿੰਦੇ ਬੰਦ ਕਰ ਦਿਓ। ਉਹਨੂੰ ਕਹਿੰਦੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਉਹਨਾਂ ਦੇ ਖਾਤਿਆਂ 'ਚ ਸਿੱਧੀ ਪਾਓ। ਤੁਸੀਂ ਗੈਸ ਸਿਲੰਡਰਾਂ ਦੀ ਗੱਲ ਕਰੋ, ਜਿਹੜੇ ਦੇ ਉੱਪਰ ਸਬਸਿਡੀ ਬੰਦ ਕੀਤੀ ਤਾਂ ਕਿੰਨੀ ਖਾਤਿਆਂ 'ਚ ਪਈ ਸੀ? ਜੇ ਅੱਜ ਖਾਦਾਂ ਦੇ ਉੱਪਰ ਸਾਰੀ ਸਬਸਿਡੀ ਬੰਦ ਹੋ ਜਾਏ
जिहड़ा डीएपी का थैला 1200 रुपए नूं मिलदा है, मैं कहना 2500 3000 तक मिलेगा जे सारी सबसिडी खत्म हो जाए। पर सरकार कहती है कि तुसीं मार्केट चो पहला खरीद लो ते बाद दे विच सबसिडी तुहाडे अकाउंट च पावांगे। एक बार किसान जिहड़ा पहला ही आर्थिक मंदवाड़े का मारिया होया उहदे कोल कोई पैसा नहीं, तो वह सारिया चीज़ा ये सबसिडियां जे छड़ दईए वो नकद बाजार चो किवें खरीदूगा, किस तरह पैसा आएगा और ये की गरंटी आ बाद दे विच कि सरकार दे खाते च पैसे पा देगी। इसलिए इसका विरोध करते हैं। ये खेती कानूनों का पिछोकड़ी है कि वह पॉलिसी नूं साम्राज्य विश्वीकरण दी साढ़े देश आर्थिक सुधार जिहड़े 1991 च आए और विश्व व्यापार जथेबंदी जिहड़ी 1995 च बनी उहदियां खतरनाक हदायतां उन्होंने लागू करन दी ये खेती कानून ने, जिहड़ा बहुत वड्डा हमला है सारे खेतीबाड़ी प्रबंध नूं, सारी खेतीबाड़ी नूं मुट्ठी पर जिहड़े कारपोरेट घराणे ने अदानी ते अंबानी उन्होंने कोल वेच देण दा, उन्होंने कोल गहने पा देण दा, ये बहुत वड्डी लड़ाई ताही पंजाब तो शुरू होई सारे देश दे विच बनी है। अज जमीना की खेती की राखी की लड़ाई है, जे जमीना और खेती ना रहे तो मैं कहना देश का अर्थचारा ही डुब जाएगा। करोना महामारी के अंदर सारे जिहड़े आर्थिक खेत्र ने या अलग अलग जिहड़े खेत्र ने आर्थिकता दे वो सारे ही डुब गए। साढ़े देश का कुल घरेलू उत्पादन 24% थले चला गया। ये किसानों की मेहनत सी साडी जिहड़े ना करोना तो डरे ना किसी माड़े मौसम तो डरे, वो अपने खेतों च काम किया जाके जिन्होंने जिहड़ा उत्पादन है खेतीबाड़ी का 4% तक लैके गए, वाधा किया उहदे विच, बाकी सारे घट गए। इसलिए जे ऐसा खेत्र है जे असीं अन्नदाता हैं, सारे देश नूं अन्न भी देना है, सारे देश नूं रुजगार भी देना है, क्योंकि सरकार तो रुजगार खो रही है। एक एक करके सरकारी अदारे बंद ने, बेरोजगारी फैली हुई है। करोना ने भी कल्ले च 10 करोड़ लोग बेरोजगार होए। इको खेतीबाड़ी है जिहड़ी बहुत वड्डा रुजगार का साधन है। सरकार नौकरी ना भी देवे, तुसीं 5-7 किल्लां दे उपर अपनी खेती करदे होए उहदे उपर ही सारा परिवार लग जांदा है, वह एक मेन रुजगार का साधन है साढ़े देश के अंदर। जे उहनूं भी बर्बाद करना है तो बहुत वड्डी बेरोजगारी भयानक जिहड़ी देश दे विच पहले है, तो एड्डी वड्डी जिहड़ी फौज है 70% इहनूं कित्थे रुजगार मुहैया होएगा, यह सरकार कोल इसका भी कोई जवाब नहीं। इसलिए जिहड़ी सरकार है वह इस अहम खेत्र नूं, इस जमीन नूं, धरती नूं जिहड़ी सोना जमदी है, जिहदे अंदर पता नहीं किन्ने महंगे खनिज पदार्थ ने, सोना भी ये निकलता है, लोहा भी ये है, होर खनिज पदार्थ महंगे तो महंगे सारे जमीन के अंदर ने। ताही तो कारपोरेट सैक्टर है जिहड़ा वह भारी मुनाफे कमाण लई जमीन के उपर मुख तौर पर कब्जा करना चाहता है। देश का अमरीका का सब तो वड्डा जिहड़ा आई टी सैक्टर का आइकन है बिल गेट्स, उन्हें वैसे तो इन्हें 2.5 लाख एकड़ जमीन पहले ही खरीद ली और होर देशों च भी खरीदी जा रहा है। ये साढ़े देश के कारपोरेट घराने भी कहें भी जमीना जल्दी हथियाओ चाहे खरीदो, क्योंकि आने वाले 15-20 साल के अंदर जमीना रहनिया नहीं, अनाज की तो थोड़ा होनी है तो पक्की गल है, चाहे तो उन्होंने पर घर बन जाने ने, चाहे फैक्ट्रियां लग जानिया ने, चाहे बहुत बहुत जो हाईवे जोड़े सरकार कढ़ रही है रोजाना किसानों को धक्के उजाड़ के, ना उन्होंने मुड़ बसिप है, ना उन्होंने ठीक मुआवजा है, ना उन्होंने कोई नौकरी है। कहते जी वड्डा हाईवे एक्सप्रैस से कढ़ना है, वड्डी लाइन कढ़नी है, उन्होंने फायदा किसनों है? उन्होंने फायदा वड्डे कारखानेदार, वड्डा कारपोरेट सैक्टर जिन्होंने बड़े थोड़े समय के ढो ढुआई करनी है और अपनी पैदावार नूं देश के एक कोने चो कुछ घंटे के लिए देश के दूजे कोने पहुँचा देना भारी मुनाफे कमाने के लिए, ये उन्होंने फायदा है। पर उजाड़ा साडा है, साडियां जमीना कटनियां, उजाड़ा साडा होना है। फिर ये जमीना कटनगियां तो फिर अनाज कितों पैदा होएगा? अनाज फैक्ट्री ने पैदा नहीं करना, अनाज कंप्यूटर ने पैदा नहीं करना, अनाज एक्सप्रैस वे ने पैदा करना, अनाज तो इस जमीन ने पैदा करना है। जिहड़ी जमीन नूं हथियाण जिहड़ा कारपोरेट सैक्टर है वह तरलो मच्छी होया, इसलिए इस धरती और जमीन की राखी करो, जे रहूगी नहीं तो बहुत कुछ बर्बाद होएगा, साढ़े देश की आर्थिकता बर्बाद होएगी जिहड़ी पहला भी बर्बाद हुई है। मोदी ने ऐसा कोई खेत्र अज तक छड्डिया नहीं जिहड़ा उन्होंने झोली नहीं पाया। आ एयर इंडिया सब तो वड्डा जिहड़ी बहुत वड्डी एयरलाइन है, इहदा भी प्राइवेट होना तय है, बड़ी जल्दी हो जानी है। रेलवे बहुत वड्डा खेत्र है जिहड़ा सरकार का अद्धा बजट है, रेलवे का बजट होंदा है। 2023 तक
सारी रेलवे निजी हत्थां 'च देनी है तां फिर देखो देश 'च बचेगा की, कोई खेतर नहीं बचना। इको ही खेतीबाड़ी सी जिस दे उपर सारा देश का कारोबार आर्थिकता खड़ी सी, यह खेतीबाड़ी का भी निजीकरण करके मुठ्ठी पर घराणे नूं सौंपण लग्गिया होया है। इस दे खिलाफ देश 'च लड़ाई है। सो आपां डटे होए हां, 26 मार्च नूं भारत बंद कीता है और भारतीय जनता पार्टी नूं एक बड़ा सबक मिलिया सारे देश दे अंदर। जे पछमी बंगाल दे विच मूंह दी खाणी पै रही है, बाकी सूबयां दे विच जिथे जाणगे उत्थे वी मूंह दी खाणी पैणी है। अज ओह प्रधानमंत्री मोदी जिहड़ा बहुत जुमले तरह तरह दीआं गल्लां करदा सी, अज सारा झूठ साबित हो गया, कोई उहनूं सुणन नूं तैयार नहीं। सारे कहिंदे ने झूठा प्रधानमंत्री है, इतिहास भी झूठा पेश करदा, गल्लां भी झूठियां पेश करदा। अज एक्सपोजर हो रहा है, बाहर देशां 'च तां कोई बढ़न नहीं दिंदा। प्रधानमंत्री तुसीं देखो पिछले 6 सालां दे विच जिन्ने विदेशों के दौरे ने साढ़े देश के दौरे घट ने। प्रेस का यह भी कहना शुरू कर दिता सी कि प्रधानमंत्री घट है, विदेश मंत्री ज़्यादा है। विदेश मंत्री बाहर जाता नहीं सी, प्रधानमंत्री हर रोज़ जाता सी बाहर, पर अज प्रधानमंत्री बाहर क्यों नहीं जाता? अज कनेडा च भी लोग बैठे ने मुजाहरे करन दे लई, जावे काले झंडे लैके इहनूं दिखाणगे, घेरनगे। इंग्लैंड च भी बैठे ने, अमेरिका च भी बैठे ने। सारा ने सरकारां ने कहा कि तुसीं बहुत वड्डा धक्का अपने देश के किसानों नाल ऐसे काले कानून बना के कर रहे हो और बहुत वड्डी मनुखी अधिकारों की उलंघना नाल। उन्होंने कहा कि तुसीं रिप्रैशन करके जबर करके किसानों के परचे दर्ज करके बेदोषों नूं जेलों 'च डक के सड़कां रोक के बैरीकेड लगा के इंटरनेट बंद करके सरिए कढ के इहदा मायना की है? इत्थे कित्थे कानून की प्रक्रिया, कित्थे कानून है, कित्थे जमहूरीयत है? सारियां चीज़ां दी धज्जियां ਉਹ ਸਰਕਾਰ ਉਡਾ ਰਹੀ ਹੈ ਜਿਹੜੀ ਆਪਣੇ ਆਪ ਨੂੰ ਬਹੁਤ ਨੰਬਰ 2 ਦੀ ਜਮਹੂਰੀਅਤ ਸਾਰੇ ਵਰਲਡ ਦੇ ਵਿੱਚ ਕਹਿੰਦੀ ਹੈ। ਅੱਜ ਉਹ ਸਰਕਾਰ ਨੇ ਬੀਜੇਪੀ ਨੇ ਸਾਰੀਆਂ ਚੀਜ਼ਾਂ ਦਾ ਘਾਣ ਕੀਤਾ ਹੈ, ਧੱਜੀਆਂ ਉਡਾ ਦਿੱਤੀਆਂ ਨੇ। ਅੱਜ ਲੜਾਈ ਸਾਰੇ ਦੇਸ਼ ਦੇ ਵਿੱਚ ਬਹੁਤ ਬਲਵਾਨ ਔਰ ਬਹੁਤ ਤਕੜੀ ਹੋ ਰਹੀ ਹੈ। ਤੁਸੀਂ ਸ਼ੁਰੂ ਕੀਤਾ ਪੰਜਾਬ ਤੋਂ, ਪੰਜਾਬ ਤੋਂ ਲੱਗੀ ਹੋਈ ਚੰਗਿਆੜੀ ਸਾਰੇ ਦੇਸ਼ ਦੇ ਵਿੱਚ ਹਰ ਰੋਜ਼ ਭਾਂਬੜ ਬਣਦੀ ਜਾ ਰਹੀ ਹੈ ਔਰ ਇੱਕ ਦਿਨ ਦੂਰ ਨਹੀਂ ਜਦੋਂ ਬੀਜੇਪੀ ਦੀਆਂ ਜੜ੍ਹਾਂ ਇਸ ਜ਼ਮੀਨ 'ਚੋਂ ਪੁੱਟਣੀਆਂ। ਔਰ ਜਿਹੜਾ ਖੇਤੀ ਕਾਨੂੰਨ ਹੈ, MSP ਦੇ ਉੱਪਰ ਕਾਨੂੰਨ ਹੈ, ਉਹ ਸਾਰਾ ਇਹ ਸਰਕਾਰਾਂ ਨੂੰ ਬਣਾਉਣਾ ਨਹੀਂ, ਰੱਦ ਕਰਨਾ ਪਏਗਾ। ਰੱਦ ਉਹ ਕਰੀ ਬੈਠੇ ਹੈ, ਪਰ ਸ਼ਰਮ ਆਉਂਦੀ ਹੈ ਮੋਦੀ ਨੂੰ। ਉਹ ਕਹਿੰਦਾ ਅੱਜ ਤੱਕ ਜਿੰਨੇ ਮੈਂ ਕਾਨੂੰਨ ਬਣਾਏ ਕਿਸੇ ਨੇ ਵੰਗਾਰਿਆ ਨਹੀਂ, ਨਾ ਮੈਂ ਵਾਪਸ ਲਿਆ। ਇਹ ਬਣ ਤਾਂ ਕਹਿੰਦੇ ਬਹੁਤ ਮਾੜਾ ਗਿਆ, ਬੜਾ ਗਲਤ ਬਣ ਗਿਆ। ਨਰਿੰਦਰ ਤੋਮਰ ਜਿਹੜਾ ਖੇਤੀਬਾੜੀ ਮੰਤਰੀ ਹੈ, ਸਾਨੂੰ ਗੱਲਬਾਤ ਦੌਰਾਨ ਵੀ ਕਹਿੰਦਾ ਸੀ ਕਿ ਕਾਨੂੰਨੋਂ ਮੇਂ ਤਾਂ ਕਮੀ ਤਾਂ ਰਹਿ ਗਈ ਹੈ, ਗਲਤ ਤਾਂ ਬਣ ਗਏ, ਇਨਕੋ ਠੀਕ ਕਰ ਦਿੱਤੇ ਹੈ। ਜੇ ਕਮੀ ਰਹਿ ਗਈ ਹੈ ਤਾਂ ਠੀਕ ਨਾ ਕਰੋ, ਇਹਨਾਂ ਨੂੰ ਬਦਲ ਦਿਓ, ਲੋਕਾਂ ਨੂੰ ਵਿਸ਼ਵਾਸ 'ਚ ਲਓ। ਜੇ ਲੋਕ ਚਾਹੁੰਦੇ ਨੇ, ਕਿਸਾਨ ਚਾਹੁੰਦੇ ਨੇ ਕਿ ਸਾਡਾ ਕਾਨੂੰਨਾਂ 'ਚ ਭਲਾ ਹੁੰਦਾ ਹੈ, ਤਾਂ ਕਾਨੂੰਨ ਬਣਾਉਣ ਦਿਓ, ਜੇ ਗਲਤ ਬਣੇ ਤਾਂ ਰੱਦ ਕਰ ਦਿਓ। ਅੱਜ ਵੀ ਤੋਮਰ ਜੀ ਨੇ ਬਿਆਨ ਦਿੱਤਾ ਹੈ ਕਿ ਹਮ ਤੋਂ ਗੱਲਬਾਤ ਕੇ ਲਈ ਤਿਆਰ ਹੈ, ਤਾਂ ਅਸੀਂ ਕਦੋਂ ਇਨਕਾਰ ਕੀਤਾ? ਜਦੋਂ ਵੀ ਸਾਨੂੰ ਬੁਲਾਇਆ ਅਸੀਂ ਤਾਂ ਗੱਲਬਾਤ ਲਈ ਗਏ ਹਾਂ। ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਨੇ ਫੋਨ ਕਾਲ ਦੀ ਦੂਰੀ 'ਤੇ ਨੇ, ਪਰ ਬੁਲਾਵੇ ਦਾ ਸਹੀ ਕੋਈ, ਬਿਨਾਂ ਬੁਲਾਇਆ ਕੋਈ ਨਹੀਂ ਜਾਂਦਾ। ਜਦੋਂ ਬੁਲਾਉਣਗੇ ਤਾਂ ਠੋਕ ਕੇ ਤੁਹਾਡੇ ਸਾਰੇ ਆਗੂ, ਜਿਵੇਂ ਪਹਿਲਾਂ ਸਾਰਿਆਂ ਨੇ ਗੱਲ ਰੱਖੀ ਹੈ ਕਿ ਤਿੰਨੇ ਕਾਨੂੰਨ ਰੱਦ ਕਰੋ, ਇਹਨਾਂ ਨੂੰ ਇਹ ਕਾਲੇ ਕਾਨੂੰਨ ਹੈ, ਇਹਨਾਂ ਨੂੰ ਕੋਈ ਨਹੀਂ ਦੇਸ਼ ਦੇ ਵਿੱਚ ਮੰਨਦਾ। ਉਹ ਸਮਾਂ ਬਹੁਤ ਪਹਿਲਾਂ ਸੀ ਜਦੋਂ ਅੰਦੋਲਨ ਪੰਜਾਬ ਦੇ ਵਿੱਚ ਸੀ ਕਿ ਕਦੇ ਕੋਈ ਹੋਰ ਵੀ ਕੋਈ ਗੱਲ ਹੋ ਸਕਦੀ ਹੈ, ਪਰ ਅੱਜ ਜਿਹੜੀ ਮੂਵਮੈਂਟ ਹੈ ਉਹ ਬਹੁਤ ਅੱਗੇ ਚਲੀ ਗਈ, ਦੇਸ਼ ਦੀ ਮੂਵਮੈਂਟ ਬਣ ਗਈ, ਵਿਦੇਸ਼ਾਂ ਦੀ ਮੂਵਮੈਂਟ ਬਣ ਗਈ। ਅੱਜ ਕੋਈ ਇੱਕ ਵੀ ਵਿਅਕਤੀ, ਕਿਸਾਨ ਹੋਵੇ, ਮਜ਼ਦੂਰ ਹੋਵੇ, ਸਾਡੀਆਂ ਭੈਣਾਂ ਹੋਣ, ਕੋਈ ਪਿੱਛੇ ਹਟਣ ਨੂੰ ਤਿਆਰ ਨਹੀਂ, ਕਿਉਂਕਿ ਇਹ ਗੱਲ ਸਪਸ਼ਟ ਹੈ। ਜੇ ਕਾਨੂੰਨ ਰਹਿੰਦੇ ਨਾ ਕਿਤੇ ਤਾਂ ਤੁਹਾਡੇ ਉੱਪਰ ਜਿਹੜਾ ਹਮਲਾ ਹੈ ਉਹਦੀ ਤਲਵਾਰ ਜਿਹੜੀ ਹਮੇਸ਼ਾ ਲਟਕਦੀ ਰਹਿਣੀ ਹੈ, ਔਰ ਇਹ ਸਰਕਾਰਾਂ ਨੇ ਹਮੇਸ਼ਾ ਇਸ ਦਾ ਫਾਇਦਾ ਉਠਾ ਕੇ ਹੋਰ ਮਾੜੇ ਕਾਨੂੰਨ ਬਣਾਉਣੇ ਨੇ, ਹੋਰ ਗਲਤ ਨੀਤੀਆਂ ਲੈ ਕੇ ਆਉਣੀਆਂ। ਅੱਜ ਮੌਕਾ ਹੈ, ਸਰਕਾਰ ਕਟਹਿਰੇ ਦੇ ਵਿੱਚ ਫਸੀ ਹੋਈ ਹੈ, ਇੱਕ ਇੱਕ ਕਰਕੇ BJP ਜਿਹੜੀ ਸਾਰੇ ਦੇਸ਼ ਦੇ ਵਿੱਚ ਆਈਸੋਲੇਟ ਹੋ ਰਹੀ ਹੈ। ਸਾਰੇ ਦੇਸ਼ ਦੇ ਵਿੱਚ ਜਿਹੜੀ ਲੋਕ ਰਾਏ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਮੋਦੀ ਦੇ ਖਿਲਾਫ਼ ਬਿਲਡ ਹੋ ਗਈ ਹੈ, ਔਰ ਇਹਦਾ ਖਮਿਆਜ਼ਾ ਇਸ ਨੂੰ 2024 ਦੀ ਚੋਣਾਂ 'ਚ ਭੁਗਤਣਾ ਪੈਣਾ ਹੈ। ਜੇ ਇਹ ਅੰਦੋਲਨ ਹੋਰ ਲੰਬਾ ਚੱਲਦਾ ਰਿਹਾ, ਕਈ ਵਾਰੀ ਕਹਿ ਦਿੰਦੇ ਜੀ ਅੰਦੋਲਨ ਬੜਾ ਲੰਬਾ ਹੈ, ਕੋਈ ਗੱਲਬਾਤ ਨਹੀਂ ਹੋ ਰਹੀ, ਸਾਡਾ ਕੋਈ ਨੁਕਸਾਨ ਨਹੀਂ ਹੋ ਰਿਹਾ। ਜਿੰਨਾ ਅੰਦੋਲਨ ਲੰਬਾ ਉੱਨੀ ਸਾਡੀ ਪ੍ਰਾਪਤੀ ਹੈ। ਜੇ ਅੰਦੋਲਨ 3-4 ਮਹੀਨੇ ਪਹਿਲਾਂ ਖਤਮ ਹੁੰਦਾ ਤਾਂ ਅੰਦੋਲਨ ਕੇਵਲ ਪੰਜਾਬ ਦੇ ਵਿੱਚ ਸੀ, ਆਪਾਂ ਅੱਗੇ ਵਧੇ ਹਰਿਆਣੇ ਦੇ ਵਿੱਚ ਆ ਕੇ, ਹੋਰ ਬੈਠੇ UP ਰਾਜਸਥਾਨ ਚਲੇ ਗਏ, ਹੋਰ ਲੰਬਾ ਬੈਠੇ, ਤਾਂ ਦੱਖਣ ਭਾਰਤ ਤੱਕ ਅੰਦੋਲਨ ਨੇ ਦਸਤਕ ਦੇ ਦਿੱਤੀ ਹੈ। ਇਸ ਲਈ ਜਿੰਨਾ ਜਿੰਨਾ ਅੰਦੋਲਨ ਲੰਬਾ ਹੋਏਗਾ, ਲੋਕਾਂ 'ਚ ਲਾਮਬੰਦੀ ਹੋਣੀ ਹੈ, ਦੇਸ਼ ਦੇ ਹਰ ਮਹੱਲੇ ਹਰ ਘਰ ਤੱਕ
अंदोलन अपनी दस्तक अपना जो सुनेहा बचाएगा और सरकार है जी एक एक करके लोगों के आइसोलेट होंगी जाएगी निखड़ती जाएगी ये इस अंदोलन की प्राप्ति है। मैं थोड़ा समा कुछ ज़्यादा लिया इसी तकड़े हो डटो जिहड़ा कणक की वाढ़ियाँ 5-10 दे विच लंघ जाणी है बड़े सोहणे किसानां ने फैसले किए हुए हैं कि मोर्चों उपर भी डटो अपने काम भी करो वारियां बन के बैठे रहो और ज्यों ही 15 अप्रैल तो बाद ये साडा काम खत्म हो जाता है तो भीड़ा लाइए दोबारा ना मोर्चों के उपर और सरकार को मजबूर करिए कि बिना देरी गलबात लई नहीं हुण गलबात का कोई स्कोप नहीं गलबात दे विच असीं दलील दे चुके हाँ हुण तां उधरों ही लाउण आपणा बाकी है कि जिस तरह मन की बात है और है उस दे विच लाउण आना बाकी है कि खेती कानून रद्द ने और MSP दे जिहड़ा गरंटी कानून भी बना दी गई है हुण तां इह ऐलान आएगा तां ही इह मोर्चे इत्थों हिलणगे नहीं तो मोर्चे जिहड़े लगातार जारी रहणगे और सरकार के खिलाफ किसान इस तरह ही सारे मोर्चों के उपर डटे रहणगे। थोड़ा बहुत बहुत धन्यवाद। वाहिगुरू जी का खालसा वाहिगुरू जी की फतेह। T5 चैनल पंजाबी हुणे सबसक्राइब करो बैल आइकन पे क्लिक करो।